ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋਂ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਸੈਂਸਰਾ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਬਿੱਲੇ ਭਾਅ ਜੀ ਉਹਨਾਂ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਸੂਈਆਂ ਗਾਵਾਂ ਅਤੇ 1 ਮੱਝ ਤੁਹਾਨੂੰ ਦਿਖਾਉਣੀ ਸੂਈ ਸਵਾਈ। ਅੱਜ ਸਾਰੇ ਪਸ਼ੂ ਸੂਏ ਵਿਖਾਉਣੇ ਤੁਹਾਨੂੰ। ਬਾਕੀ ਜਦੋਂ ਵੀ ਵੀਰ ਜੀ ਉਹਨਾਂ ਕੋਲ ਆਈਦਾ ਵਾ, ਚੰਗੇ ਦੁੱਧ ਵਾਲੀਆਂ ਗਾਵਾਂ ਵੀਰ ਜੀ ਉਹਨਾਂ ਕੋਲ ਹੁੰਦੀਆਂ ਵਾ। ਬਾਕੀ ਸਾਰੀਆਂ ਸੂਈਆਂ ਸਵਾਈਆਂ ਆਪਣੀ 2 ਟਾਈਮ ਚਵਾਈ ਕਰਕੇ ਖੜੋ ਜੀ। ਬਾਕੀ ਜੇ ਕੋਈ ਵੀਰ ਦੂਰ ਦਾ ਵਾ ਨਹੀਂ ਪਹੁੰਚ ਸਕਦਾ, ਵੀਡੀਓ ਕਾਲ 'ਤੇ ਆਪਣੀ ਤਸੱਲੀ ਕਰਾ ਲਿਓ, ਆਪਣੀ ਚਵਾਈ ਕਰਾ ਲਿਓ। ਤਸੱਲੀ ਕਰਕੇ ਖਰ ਫਰਜ਼ ਤੁਹਾਡਾ ਵਾ, ਪੈਸੇ ਤੁਸੀਂ ਖਰਚਣੇ ਆ, ਆਪਣੀ ਸਮਝਣਾ ਅਤੇ ਆਪਣੀ ਗਰੰਟੀ ਦੇ ਪਸ਼ੂ ਖੜਿਆ ਕਰੋ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾ, ਠੀਕ ਠਾਕ ਜੀ? ਤੇ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ ਅੱਜ। ਠੀਕ ਆ, ਤੇ ਅੱਜ ਸਾਰੀਆਂ ਸੂਈਆਂ ਗਾਵਾਂ ਹਨਾ? ਠੀਕ ਆ, ਤੇ ਚਲੋ ਨਾਮ ਦੱਸ ਦਈਏ ਫਿਰ। ਬਿੱਲਾ ਜੀ। ਹਾਂਜੀ, ਸੈਂਸਰਾ ਖੁਰਦ, ਸੈਂਸਰ ਜੁਗਦਾਣੇ ਰੋਡ ਤੇ ਡੇਰਾ ਜਗਦੇ, ਜਿਹੜਾ ਕਲਾ ਵਾ ਹਨਾ? ਹਾਂਜੀ, ਜਗਦੇ ਕਲਾ, ਜਗਦੇ ਖੁਰਦ ਦੂਰ ਆ ਤੇ ਜਗਦੇ ਕਲਾ ਵਾ ਜਿਹੜਾ, ਨੇੜੇ ਗੁਰੂ ਕਾ ਬਾਗ ਹੈ। ਠੀਕ ਹੈ, ਨੇੜੇ ਜਗਦੇਵ ਕਲਾਂ ਹੈ। ਠੀਕ ਹੈ, ਸੈਂਸਰਾ ਖੁਰਦ ਪਿੰਡ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਵੀ ਬੋਲ ਦਿਓ। 9507635635992। ਠੀਕ ਹੈ ਜੀ, ਤੇ ਕਰੀਏ ਫਿਰ ਸ਼ੁਰੂ ਨਾ। ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਹੀ ਹੈ ਜਿਹੜੀ। ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ ਜੀ ਹਫ਼ਤਾ ਹੋ ਗਿਆ ਜੀ ਸੂਈ। ਹਫ਼ਤਾ ਹੋ ਗਿਆ ਵਾ। ਕਿੰਨਾ ਦੁੱਧ ਤਿਆਰ ਕਰ ਗਈ ਆ? ਇਹਦੇ ਥੱਲੇ ਐ ਟਾਈਮ ਤਿਆਰ ਹੋਏਗਾ, ਬਾਈਆਂ ਰੁੱਤਈਆਂ ਦੇ ਵਿੱਚ ਤਿਆਰ ਜਿਹੜਾ ਟਾਈਮ ਚੋ ਕੇ ਤਸੱਲੀ ਕਰਕੇ ਫਿਰ। ਠੀਕ ਹੈ, ਬਾਕੀ ਜੇ ਸਵੇਰੋ ਸਵੇਰ ਦਾ ਟਾਈਮ ਆ, 22-23 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਤਿਆਰ ਆ ਪੂਰਾ, ਜਿਹੜਾ ਤੁਸੀਂ ਆਪਣਾ 2 ਟਾਈਮ ਚਵਾਈ ਕਰਕੇ ਲਿਆ ਜਾਣਾ। ਲੈ ਜਾਓ ਜੀ। ਬਾਕੀ ਕੱਦ ਕਾਠ ਦੀ ਵੀ ਚੰਗੀ ਆ, ਥਣਾ ਦਾ ਸਾਈਜ਼ ਗੈਪ, ਹਵਾਨੇ ਤੇ ਨਾੜਾਂ ਉਹ ਵੀ ਚੰਗੀਆਂ ਵਾ, ਭਾਵੇਂ ਕੋਈ ਹੱਥ ਨਾਲ ਚਵਾਈ ਕਰ ਲੇ ਤੇ ਭਾਵੇਂ ਕੋਈ ਮਸ਼ੀਨ ਨਾ ਕਰ ਲੇ। ਤੇ ਕਿੰਨਾ ਕੁ ਦੁੱਧ ਵਿੱਚ ਕੱਢੀ ਜਾਊਗੀ ਹੈ ਭਾਈ? ਦੁੱਧ ਪਿਛਲੇ ਦਾ ਰਿਕਾਰਡ ਆਇਆ, ਪਿਛਲੇ ਘਰ ਦਾ ਵੀ 27-28 ਚ ਹੈ। ਅੱਛਾ, ਦੁੱਧ ਲਾ ਦੇਗੀ, ਚੌਂ ਬੰਨਾਂ ਟਾਪ ਲਾ ਦੇਗੀ। ਠੀਕ ਆ, ਹਫ਼ਤਾ ਚੱਲੇ ਸੂਈ ਨੂੰ, ਬਾਕੀ ਠੰਡੀ ਆ, ਕੋਈ ਰੱਸੀ ਨਹੀਂ, ਇੱਦਾਂ ਹੀ ਚੋਣੀ ਬੈਗ। ਠੀਕ ਹੈ ਜੀ, ਹਾਂਜੀ ਹਾਂਜੀ, ਠੀਕ ਹੈ। ਤੇ ਇਹਦਾ ਮੁੱਲ ਫਿਰ? ਕੋਈ ਭੂਰ ਨਹੀਂ, ਕੋਈ ਛੱਡਾ ਨਹੀਂ, ਤਸੱਲੀ ਕਰਕੇ ਖੜੇ। ਠੀਕ ਆ, ਹਾਂਜੀ, ਇਹਦਾ ਮੁੱਲ ਤੇ ਭਾਵੇਂ ਕਰਾਉਣ ਨੂੰ 80-85 ਭਾਵੇਂ 90 ਕਰਾ ਲੈ। ਹਾਂਜੀ, ਮੁੱਲ ਦੇ ਬਾਕੀ ਜਿਹੜੀ ਦੇ ਲੈਣ ਵਾਲੀ 75,000 ਦੀ ਦੇ ਦਾਂਗੇ। 75,000 ਦੀ ਕਰਨਾ ਕੋਈ ਵਿੱਚ ਮਾਨ? ਤਾਂ 2,000 ਮਾਨ ਕਰ ਦਾਂਗੇ। ਹੋਰ ਕਰਨਾ ਭਾਜੀ ਕੋਈ ਮਾਨ? 2 ਹੋਰ ਕਰ ਦਾਂਗੇ ਸਰ। ਕਿੰਨੇ ਦੀ? 71 ਦੀ? 71,000 ਦੀ। ਪੂਰੇ 70 ਦੀ ਦੇ ਦਈਏ ਕਿ ਫਿਰ? ਠੀਕ ਹੈ, ਦੇ ਦਾਂਗੇ ਸਰ। 70 ਦੀ ਜਿਹੜੀ ਕਹਿੰਦੇ ਦੇ ਦਿਆਂਗੇ। ਤੇ ਬਾਕੀ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ। ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ? ਠੰਡੀ ਇਹ ਪਰਸੋਂ ਦੀ ਸੂਈ ਜਾ ਜੇ ਤੀਜਾ ਦਿਨ ਸੂਈ ਨੂੰ। ਅੱਛਾ, ਤੇ ਇਹਦੇ ਕੋਲ ਤੇ ਬੋਲਾ ਹੀ ਹੋਣਾ ਵਾ? ਇਹਦੇ ਕੋਲ ਬੋਲਾ ਹੀ 19-20 ਲੀਟਰ ਬੋਲਾ ਹੋਏਗਾ ਤਿਆਰ, ਜਿਹੜਾ ਤਿਆਰ ਤਸੱਲੀ ਕਰਕੇ ਜਿੰਨੀ ਖੜਨੀ ਖੜੇ ਹੈਗੇ ਵੀ। ਇਹ ਵੀ ਜਰਸੀ ਕ੍ਰੋਸ 'ਚ ਹੀ ਆ, ਬਾਕੀ ਥੱਲਿਓਂ ਬੜੀ ਤਿਆਰ ਹੋਈ ਆ। ਦੁੱਧ ਕਰ ਦੇਗੀ ਇਹ ਵੀ 26-27 ਲੀਟਰ, 26-27 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਇਹ ਕਰ ਜੂਗੀ। ਲੈ ਜਾਓ ਜੀ। ਬਾਕੀ ਕੱਦ ਕਾਠ ਵੀ ਚੰਗਾ ਵਾ, ਤੇ ਥਣ ਹਵਾਨੇ ਦੀ ਆ ਵੀ ਸਫਾਈ 'ਚ। ਇੱਕ ਮਿੰਟ ਰੋਕਿਆ ਵੀਰ ਜੀ, ਥੋੜ੍ਹੀ ਜਿਹੀ ਗਾਲੀ ਕਰਿਆ। ਹਾਂ, ਦੇਖ ਸਕਦੇ ਜੇ ਥਾਣੇ ਦੇ ਲਾਗੇ ਤੋਂ
ਖਾਣਾ ਦਾ ਸਾਈਜ਼ ਗੈਪ ਵੀ ਚੰਗਾ ਤੇ ਮਿਲਕ ਮੈਨੂੰ ਵੀ ਚੰਗੀ ਲੱਗੀ। ਲੈ ਜਿਓ ਜੀ ਬਾਕੀ ਸਾਰੀਆਂ ਸੂਈਆਂ ਸਵਾਈਆਂ। ਬਹੁਤੇ ਵੀਰਾਂ ਦੀ ਡਿਮਾਂਡ ਆ ਜਿਹੜਾ ਸੂਈਆਂ ਕਾਵਾਂ ਦੀ ਵੀਡੀਓ ਕੋਈ ਪਾਈ ਜਾਵੇ। ਤੇ ਇਹਦਾ ਫਿਰ ਮੁੱਲ ਕਿੰਨਾ ਰੱਖ ਦਈਏ ਆਪਾਂ? ਮੁੱਲ ਦੂਜਾ ਸੂਆ ਜੇ ਬਾਕੀ ਚੰਗੀ ਵੱਛੀ ਦੁੱਧ 27-28 ਲੀਟਰ ਹੀ ਭਰ ਦੇਗੀ ਰਾਮ। ਅੱਛਾ ਹਾਂਜੀ ਉਹ ਤਾਂ ਆਉਂਦੇ 30-32 ਚੋਇਆ ਪਰ ਅਸੀਂ 30-32 ਨਹੀਂ ਆਉਂਦੇ 27-28 ਆਉਂਦੇ। ਠੀਕ ਆ ਹਾਂਜੀ। ਤੇ ਜਸਨੋ ਕਿੰਨੇ ਦੀ ਕਰੀਏ ਫਿਰ? ਇਹਦਾ ਵੀ 75 ਹੀ ਜੇ ਦੋ ਛੋੜ ਕਰ ਦਾਂਗੇ ਜੀ। ਅੱਛਾ ਹਾਂਜੀ 73,000 ਦੀ ਕਰਨਾ ਕੋਈ ਮਾਨ ਹੋਰ ਵਿੱਚ? ਹੋਰ 1000 ਛੱਡਣਾ। 1000 ਹੀ ਛੱਡਣਾ ਜੀ? ਇਹ ਵੀ ਪੂਰੇ 70 ਦੀ ਜਾਂਦੀ ਹੈ ਫਿਰ। ਠੀਕ ਹੈ 70 ਦੀ ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਉਹ ਲੈ ਜਾਏ ਮਰਜ਼ੀ ਬੈਠੋ ਜੋ ਜੋ ਕੋਈ ਭੂਰ ਨਹੀਂ ਕੋਈ ਛੱਡਾਂ ਨਹੀਂ ਸੱਲੀ ਕਰਕੇ। ਠੀਕ ਹੈ ਤੇ ਬਾਕੀ ਇਹ ਆ ਵੀ ਚਲੋ ਕੋਈ ਵੀਰ ਫੋਨ ਲਾਵੇ ਆਪੇ ਮਨ ਤਨ ਮੌਕੇ ਤੇ ਹੋ ਜੂ ਮੌਕੇ ਤੇ ਕਰ ਦਾਂਗੇ ਥੋੜ ਬੋਲ ਜਿੰਨਾ ਆ ਦੂਜਾ ਦੁਆ ਜੇ ਛਿੱਕੀ ਦਿੰਦਾ ਦੋ ਜੇ। ਠੀਕ ਜੀ ਹਾਂਜੀ ਹਾਂਜੀ ਬਿਲਕੁਲ ਫਿਕਸ ਜੇ ਹਵਾਨੇ ਦੀ ਆ ਜਿਹੜੀ ਹੈ ਨਿੱਗਰ ਹਵਾਨੇ ਦੀ ਆ। ਆਜੋ ਲੈ ਆਓ ਜੀ ਦੂਸਰਾ ਸੂਆ ਤੇ ਮੂੰਹ ਜਿਹੜੀ ਛੇਦ ਆਉਂਦੇ ਆ। ਇੱਕ ਮਿੰਟ ਰੋਕਿਆ ਵੀਰ ਜੀ ਇੱਥੇ ਹਾਂ ਦੇਖ ਸਕਦੇ ਹਵਾਨੇ ਤੇ ਬਰੀਕ ਬਰੀਕ ਨਾੜਾਂ ਤੇ ਬਾਕੀ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ। ਲੈ ਜਾਓ ਜੀ ਤੇ ਇਹਦਾ ਫਿਰ ਮੁੱਲ? ਇਹਨੂੰ ਵੀ ਅੱਜ ਚੌਥਾ ਪੰਜਵਾਂ ਦਿਨ ਸੂਈ ਨੂੰ ਹੋ ਗਿਆ ਜੀ। ਠੀਕ ਹੈ ਥੱਲੇ ਵੀ ਮੱਬੀ 16 ਲੀਟਰ ਤਿਆਰ ਹੋਏਗਾ ਤਿਆਰ ਜਿਹੜਾ 15 ਦੀ ਗਰੰਟੀ ਹੋਏਗੀ। ਤੇ ਇਹ ਕਿੰਨਾ ਦੁੱਧ ਕਰੀ ਜਾਊਗਾ? ਕੋਈ 18-19 ਦੇ ਘਰੇ ਕਰਦੇ। ਅੱਛਾ 18-19 ਲੀਟਰ ਦੇ ਘਰੇ ਬੇਬੀ ਚਵਾਈ ਜਾਊਗਾ ਕਰਦੇ ਕਿ ਦੂਜਾ ਸਵਾਲ ਥਣ ਥੁਣ ਚੰਗਾ ਹੈ ਬਾਕੀ ਬੱਚੇ ਸਾਰੀਆਂ ਦੇ ਗਾੜੀ ਵੱਜੇ ਆ ਉਹਦਾ ਬੱਚਾ ਆ ਇਹਦਾ ਜਿਹੜਾ ਆ ਵਾ ਸਾਰੀਆਂ ਦੇ ਬੱਚੇ ਗਾੜੀ ਵੱਜੇ ਆ ਇਹਦਾ ਵੀ ਤੁਹਾਨੂੰ ਦਿਖਾ ਦਈਏ। ਤੇ ਇਹਦਾ ਫਿਰ ਮੁੱਲ ਵੀਰ ਜੀ? ਮੁੱਲ ਇਹਦਾ 67,000 ਆ। 3,000 ਛੋੜ ਕਰ ਦਾਂਗੇ। ਕਿੰਨੇ ਦੀ? 65 ਦੀ ਨਹੀਂ 64 ਦੀ। 64 ਦੀ ਹਾਂਜੀ ਹਾਂਜੀ 64 ਦੀ ਦੇ ਵਿੱਚ 64 ਚੋ ਕਰਨਾ ਕੋਈ ਮਾਨ ਵੀਰ ਜੀ? 62,000 ਦੀ ਸਰ। 62 ਦੀ ਪੂਰੇ 60 ਦੀ ਜਾਂਦੀ ਹੈ ਫਿਰ ਇਹ ਵੀ 60 ਦੀ ਦੇ ਦਾਂਗੇ। ਠੀਕ ਹੈ ਪੂਰੇ 60 ਦੀ ਕਹਿੰਦੇ ਦੇ ਦਿਆਂਗੇ। ਤੇ ਹੁਣ ਆ ਗਈ ਆਪਣੇ ਕੋਲ ਚੌਥੇ ਨੰਬਰ ਤੇ। ਇਹਨੂੰ ਕਿੰਨਾ ਚਿਰ ਹੋ ਗਿਆ? ਮਗਰ ਵੱਛੀ ਜੇ ਉਹਨਾਂ ਮਗਰ ਵੱਛੇ ਤੇ ਮਗਰ ਵੱਛੀ ਜੇ ਉਹ ਵੱਛੀ ਹੈ ਤੇ ਮਗਰ ਹਾਂਜੀ ਇਹਨੂੰ ਹਫ਼ਤਾ ਹੋ ਗਿਆ ਜੀ ਇਹਨੂੰ ਵੀ ਸੂਈ ਨੂੰ ਹਫ਼ਤਾ ਕਹਿੰਦੇ ਲੱਗ ਹਫ਼ਤੇ ਦੇ ਲਾਗੇ ਬੰਨੇ ਹੋ ਗਿਆ ਕਹਿੰਦੇ। ਅੱਜ ਲੈ ਆਇਓ ਜੀ ਮਗਰ ਵੱਛੀ ਵੀ ਚੰਗੇ ਟੀਕੇ ਦੀ ਆ ਸੋਹਣੀ ਵੱਛੀ ਆ ਜਿਹੜੀ ਘਰੇ ਇੱਧਰ ਨੇ ਕਰੀ ਵੱਛੀ ਖਿੱਚਿਆ ਆ ਦੇਖ ਸਕਦੇ ਜੀ। ਠੀਕ ਹੈ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਕੋਲ? ਇਹਦੇ ਕੋਲ ਬੱਪੀ 11-12 ਕਿਲੋ ਹੋਏਗੀ ਤਿਆਰ ਜਿਹੜਾ ਹਾਂਜੀ 10 ਦੀ ਗਰੰਟੀ ਹੋ ਜਾਏਗੀ। ਤੇ ਕਿੰਨਾ ਕਰੀ ਜਾਓਗੇ? ਮੈਨੂੰ ਇਹਨੂੰ ਹਫ਼ਤਾ ਹੋ ਗਿਆ ਜੀ ਸੂਈ ਨੂੰ। ਠੀਕ ਹੈ ਭਰ ਦੇਈ ਕੋਈ 14-15 ਕਿਲੋ। ਠੀਕ ਆ ਬਾਕੀ ਇਹ ਇਹਦੀ ਸਾਂਭ ਪਿੱਛੋਂ ਥੋੜੀ ਘੱਟ ਹੋਈ ਆ ਬਾਕੀ ਠੰਡੀ ਠੰਡੀ ਤੇ ਕੋਈ ਸਾਂਭ ਵਾਲਾ ਖੜੇ ਕੱਚੀ ਜਗ੍ਹਾ ਵਾਲਾ ਖੜੇ ਥੋੜ੍ਹਾ ਇਹਨੂੰ ਥੋੜ੍ਹਾ ਜਿਹਾ ਪੱਕੀ ਜਗ੍ਹਾ ਤਾਂ ਕਰਦੀ ਆ ਜੀ।
ਬਾਕੀ ਚੋਣ ਜਾਣ ਜੰਗੀ ਜਿੱਦਾਂ ਮਰਜ਼ੀ ਚੋ ਵੇਚ ਦਿੰਦਾ। ਠੀਕ ਹੈ ਜੀ। ਤੇ ਇਹਦਾ ਮੁੱਲ? ਇਹਦਾ ਮੁੱਲ 40,000 ਜੀ। 40,000 ਹੈ, ਵਿੱਚੋਂ ਕਰਨਾ ਕੋਈ 40 ਚ ਮਨ? 3,000 ਛੋਟ ਕਰ ਦਾਂਗੇ। 37 ਦੀ ਵਿੱਚ ਭਾਜੀ ਹੋਰ ਕੋਈ ਜੱਸ ਨੂੰ ਕਰਦੀ ਹੋਵੇ ਤੇ? ਚਲੋ ਕਰ ਦਾਂਗੇ 1,000, ਇਹ ਜੀ ਕੋਈ ਜ਼ਿਆਦਾ ਕਰ ਨਹੀਂ। ਅੱਛਾ ਹਾਂਜੀ, ਚਲੋ ਬਾਕੀ ਕੋਈ ਫੋਨ ਲਾਵੇ 35 ਦੀ ਜਿਹੜੀ ਕਹਿੰਦੇ ਦੇ ਦਿਆਂਗੇ, ਬਾਕੀ ਆਪੇ ਛੋਟ ਛੱਡ ਮੌਕੇ ਤੇ ਹੋ ਜਾਂਦੀ ਆ। ਹੁਣ ਇਹ ਕਾਫੀ ਚੰਗੇ ਕੱਦ ਕਾਠ ਵਾਲੀ ਗਾਂ ਵਾ। ਹਜੇ ਲੈ ਇਹਦਾ ਬੱਚਾ ਜੀ। ਤੈਨੂੰ ਕਿੰਨਾ ਚਿਰ ਹੋ ਗਿਆ ਵਿਧੀ ਸੂਈ ਨੂੰ? ਮੈਨੂੰ ਵੀ ਹਫਤਾ ਹੋ ਗਿਆ ਜੀ ਸੂਈ ਨੂੰ। ਤੇ ਇਹਦਾ ਸੂਆ? ਇਹਦਾ ਸੂਆ ਦੂਜਾ ਜੀ, ਮੂੰਹ ਪੁੱਟ ਕੇ ਵਿਖਾ, ਮੂੰਹ ਪੁੱਟ ਕੇ ਵਿਖਾ ਦਿਆ ਜੀ। ਸਿੱਗੀ ਇਹਦੇ ਕੰਨੀਆਂ ਬਰਾਬਰ ਨਹੀਂ ਕੀਤੀਆਂ ਸੇਟਾਂ ਵਾਲੀਆਂ। ਠੀਕ ਹੈ ਹਾਂਜੀ ਹਾਂਜੀ। ਤੇ ਤਾਜ਼ੀ ਸੂਈ ਹੈ। ਠੀਕ ਹੈ ਹਾਂਜੀ। ਬਾਕੀ ਹੈ ਠੰਡੀ, ਚੋਣ ਜਾਣ ਬੜੀ ਆ, ਬਿਲਕੁਲ ਠੰਡੀ, ਬਿਲਕੁਲ ਜਾਂਦੀ ਮਰਜ਼ੀ ਬਹਿ ਜਾਓ। ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ? ਇਹਦੇ ਕੋਲੋਂ ਹੈਗਾ ਜੀ 13-14 ਦੇ ਵਿੱਚ ਤਿਆਰ, ਜਿਹੜਾ ਤਿਆਰ ਹੈ। ਤੇ ਦੁੱਧ ਕਰ ਦੇਗੀ 15-16 ਲੀਟਰ ਆਰਾਮ ਨਾਲ। ਠੀਕ ਹੈ। ਤੇ ਇਹਦਾ ਮੁੱਲ? ਇਹਦਾ ਮੁੱਲ 52,000 ਜੀ। 52,000 ਕਿੰਨੇ ਦੀ? 50 ਦੀ ਦੇ ਦਈਏ? 50 ਦੀ ਦੇ ਦਾਂਗੇ। ਠੀਕ ਹੈ, 50 ਦੀ ਜਿਹੜੀ ਕਹਿੰਦੇ ਕਿ ਦੇ ਦਿਆਂਗੇ। ਹੁਣ ਇੱਕ ਮੱਝ ਜਿਹੜੀ ਐਂਡ ਤੇ ਤਾਜ਼ੀ ਸੂਈ ਆ ਜਿਹੜੀ, ਬਿਲਕੁਲ ਇਹ ਰਾਤੀ ਸੂਈ ਮੈਂ, ਆਹ ਬੱਚਾ ਜਿਹੜਾ ਬਿਲਕੁਲ ਤਾਜ਼ਾ ਹੀ। ਵੱਡੀ ਮੈਂ ਭਾਜੀ ਵੱਧ ਪਾ ਤੂੰ 15-16 ਕਿਲੋ, 15-16 ਵੀ 14-15 ਦੇ ਵਿੱਚ ਗਰੰਟੀ ਵੀ ਆਈ ਜੇ ਮੈਂ 14-15 ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਕਰੀ ਜਾਊਗੀ। ਲੈ ਜਾਓ ਜੀ। ਠੀਕ ਹੈ ਜੀ। ਤੇ ਇਹਦਾ ਫਿਰ ਮੁੱਲ? ਇਹਦਾ ਮੁੱਲ ਕਰਾਉਣ ਨੂੰ ਤੇ ਭਾਵੇਂ 1.5 ਕਰ ਲਵੇ ਤੇ ਭਾਵੇਂ 1.40 ਕਰ ਲਵੇ ਮੁੱਲ ਦੀ ਜਿਹੜੀ ਗਾ, ਬਾਕੀ ਜਿੰਨੇ ਦੇ ਦੇਣੀ ਬਾਕੀ ਅਸੀਂ ਤੇ 1-15 ਕਰਦੇ ਜੀ। ਅੱਛਾ 5,000 ਛੋਟ ਕਰ ਦਾਂਗੇ। ਅੱਛਾ 1-10 ਦੀ ਦੇ ਦੋਗੇ? 1-10 ਦੀ, ਬਾਕੀ 14-15 ਲੀਟਰ ਦੀ ਗਰੰਟੀ ਵੀ ਆਈ ਪਿਛਲੇ ਘਰ ਦੀ ਵੀ ਇਹਨਾਂ ਚੋਂ, ਬਾਕੀ ਕੱਦ ਕਾਠ ਵੀ ਚਲੋ ਚੰਗਾ ਵਾ। ਤੇ ਬਾਕੀ ਇਹ ਆ ਵੀ ਚਲੋ ਕੋਈ ਫੋਨ ਲਾਵੇ ਕਰੀ ਤੁਹਾਨੂੰ ਮੌਕੇ ਤੇ ਹੋਰ ਕਰ ਦੋਗੇ? ਮੌਕੇ ਦੇ ਕਰ ਹੀ ਦੋ ਫਿਰ, 2,000 ਹੋਰ ਛੱਡ ਦਾਂਗੇ। ਅੱਛਾ 1,00,000 ਤੇ 8,000 ਦੀ ਦੇ ਦੋਗੇ? 1,05,000 ਦੀ ਦੇ ਦੋਗੇ? ਬਾਕੀ ਚਲੋ ਆਪੇ ਛੋਟ ਛੱਡ ਹੋਰ ਮੌਕੇ ਤੇ ਜੀ, ਕੋਈ ਵੀਰ ਫੋਨ ਲਾਵੇ ਕਰੀ, ਫੋਨ ਲਾਵੇ ਜੀ ਮਾਨਦਾਨ ਪੂਰਾ। ਤੇ ਬਾਕੀ ਆ ਵੀ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਚ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ।